ਸਤਿ ਸ਼੍ਰੀ ਅਕਾਲ ਦੋਸਤੋ, ਕਿੰਗ ਐਂਟਰਟੇਨਮੈਂਟ 'ਚ ਤੁਹਾਡਾ ਸਵਾਗਤ ਹੈ। ਮੈਂ ਉਪਿੰਦਰ ਸਿੰਘ, ਤੁਹਾਡਾ ਦੋਸਤ ਅਤੇ ਹੋਸ਼। ਅੱਜ ਤੁਹਾਡੇ ਲਈ ਇੱਕ ਮੇਜਰ ਅਪਡੇਟ ਲੈ ਕੇ ਆਇਆ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਵਰਲਡ ਕੱਪ ਸ਼ੁਰੂ ਹੋਣ ਜਾ ਰਿਹਾ ਹੈ, ਇਸ ਦੇ ਨਾਲ ਹੀ ਬੋਲੀਵੁੱਡ ਵਿੱਚ ਇੱਕ ਫਿਲਮ ਬਣ ਰਹੀ ਹੈ ਜਿਸਦਾ ਨਾਮ ਹੈ 83। ਜੀ ਹਾਂ ਦੋਸਤੋ, ਇਹ ਫਿਲਮ 1983 ਦੇ ਵਿਸ਼ਵ ਕੱਪ ਦੀ ਜਿੱਤ ਬਾਰੇ ਬਣਾਈ ਗਈ ਹੈ, ਜਿਸਦੇ ਕਪਤਾਨ ਸਨ ਕਪਿਲ ਦੇਵ ਜੀ। ਸੋ ਦੋਸਤੋ, ਇਹ ਪਹਿਲੀ ਬੋਲੀਵੁੱਡ ਫਿਲਮ ਹੈ ਜੋ ਕਿ 1983 ਦੇ ਵਰਲਡ ਕੱਪ ਜਿੱਤਣ ਦੀ ਖੁਸ਼ੀ ਵਿੱਚ ਜੋ ਹੋਇਆ ਸੀ ਉਸ ਬਾਰੇ ਬਣਨ ਜਾ ਰਹੀ ਹੈ। ਸੋ ਦੋਸਤੋ, ਇਹਦੇ ਵਿੱਚ ਰਣਵੀਰ ਸਿੰਘ ਮੁੱਖ ਕਿਰਦਾਰ ਕਪਿਲ ਦੇਵ ਦਾ ਨਿਭਾ ਰਹੇ ਹਨ, ਅਤੇ ਇਸ ਤੋਂ ਇਲਾਵਾ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਕਿ ਇਹਦੇ ਵਿੱਚ ਐਮੀ ਵਿਰਕ ਅਤੇ ਹਾਡੀ ਸੰਧੂ ਜੀ ਆਪਣਾ ਫਿਲਮੀ ਬੋਲੀਵੁੱਡ ਕਰੀਅਰ ਦਾ ਡੈਬਿਊ ਕਰਨ ਜਾ ਰਹੇ ਹਨ। ਜੀ ਹਾਂ ਦੋਸਤੋ, ਐਮੀ ਵਿਰਕ ਜੋ ਕਿ ਬਲਵਿੰਦਰ ਸੰਧੂ ਦਾ ਰੋਲ ਨਿਭਾ ਰਹੇ ਹਨ, ਅਤੇ ਹਾਡੀ ਸੰਧੂ ਜੀ ਮਦਨ ਲਾਲ ਜੀ ਦਾ ਰੋਲ ਨਿਭਾ ਰਹੇ ਹਨ। ਸੋ ਦੋਸਤੋ, ਉਹਨਾਂ ਨੇ ਧਰਮਸ਼ਾਲਾ ਵਿੱਚ ਇਸਦੀ ਬਾਕਾਇਦਾ ਟ੍ਰੇਨਿੰਗ ਵੀ ਲਈ ਹੈ, ਅਤੇ ਲੰਡਨ ਵਿੱਚ ਸ਼ੂਟ ਸਟਾਰਟ ਹੋ ਚੁੱਕਾ ਹੈ। ਸੋ ਦੋਸਤੋ, ਇਹ ਸੀ ਅੱਜ ਦੀ ਅਪਡੇਟ, ਅਤੇ ਕੌਣ ਕੌਣ ਇੰਤਜ਼ਾਰ ਕਰ ਰਿਹਾ ਇਸ ਫਿਲਮ ਦਾ, ਸਾਨੂੰ ਕਮੈਂਟ ਸੈਕਸ਼ਨ ਜਾ ਕੇ ਜ਼ਰੂਰ ਦੱਸਿਓ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕਸ ਫੋਰ ਵਾਚਿੰਗ, ਕੀਪ ਸ਼ੇਅਰਿੰਗ।